ਤਨਖਾਹ ਲੈ ਕੇ ਘਰ ਆਇਆ ਸੀ ਸ਼ਖਸ, ਰਾਤ ਨੂੰ ਚੋਰ ਸਾਰੇ ਪੈਸੇ ਲੈ ਹੋਇਆ ਫਰਾਰ। ਤਾਂ ਦੱਸਦੀ ਕਿ ਸ਼ਖਸ ਇੱਕ ਮਹੀਨਾ ਪੂਰੀ ਮਿਹਨਤ ਕਰਨ ਤੋਂ ਬਾਅਦ ਤਨਖਾਹ ਲੈ ਕੇ ਆਪਣੇ ਘਰ ਆਇਆ ਸੀ, ਤਾਂ ਰਾਤ ਨੂੰ ਇਸਦੇ ਘਰ ਚੋਰ ਵੜਦੇ ਨੇ ਤੇ ਅਲਵਾਰੀ ਦਾ ਲੋਕ ਤੋੜ ਕੇ ਸਾਰੀ ਤਨਖਾਹ ਚੁੱਕ ਕੇ ਫਰਾਰ ਹੋ ਜਾਂਦੇ ਨੇ ਤੇ ਨਾਲ ਇਹਨਾਂ ਦੇ ਵੱਲੋਂ ਇੱਕ ਫੋਨ ਵੀ ਚੋਰੀ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਇਸਦੇ ਨਾਲ ਇਹਨਾਂ ਦੇ ਵੱਲੋਂ ਇੱਕ ਹੋਰ ਦੁਕਾਨ ਦੇ ਵਿੱਚ ਵੀ ਚੋਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਖੌਫ ਦਾ ਮਾਹੌਲ ਹੈ। ਦੱਸ ਦਈਏ ਕਿ ਮਾਮਲਾ ਸਮਾਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਇੱਕ ਵਾਰ ਦੇ ਵਿੱਚ ਦੋ ਘਰਾਂ ਦੇ ਵਿੱਚ ਚੋਰੀ ਕੀਤੀ ਹੈ। ਤਾਂ ਜਿੱਥੇ ਇਹ ਛੱਤ ਦੇ ਰਾਹੀਂ ਘਰ ਦੇ ਵਿੱਚ ਦਾਖਲ ਹੁੰਦੇ ਨੇ। ਤਾਂ ਦੱਸ ਦਈਏ ਕਿ ਮਾਮਲਾ ਸਮਾਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਇੱਕ ਵਾਰ ਦੇ ਵਿੱਚ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ, ਜਿੱਥੇ ਇਹ ਛੱਤ ਤੋਂ ਦਾਖਲ ਹੁੰਦੇ ਨੇ ਤੇ ਘਰ ਦੇ ਵਿੱਚ ਬਣੀ ਇੱਕ ਦੁਕਾਨ ਦਾ ਗੱਲਾ ਤੋੜ ਕੇ 15,000 ਰੁਪਏ ਦੀ ਨਕਦੀ ਕੱਢ ਲੈਂਦੇ ਨੇ। ਤਾਂ ਦੂਸਰੇ ਘਰ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਛੱਤ ਦੇ ਰਾਹੀਂ ਦਾਖਲ ਹੁੰਦੇ ਨੇ ਤੇ ਅਲਮਾਰੀ ਦੇ ਵਿੱਚ ਪਏ ਸਾਰੇ ਪੈਸੇ ਕੱਢ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਜਿਵੇਂ ਹੀ ਪਰਿਵਾਰ ਨੂੰ ਇਸ ਸੰਬੰਧੀ ਸੂਚਨਾ ਮਿਲੀ ਤਾਂ ਉਹ ਹੱਕੇ ਬੱਕੇ ਰਹਿ ਜਾਂਦੇ ਨੇ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਤਾਂ ਪੁਲਿਸ ਦੇ ਵੱਲੋਂ ਇਹਨਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇੱਕ ਪਰਿਵਾਰ ਦੀ ਤਾਂ ਇਹ ਪੂਰੇ 1 ਮਹੀਨੇ ਦੀ ਤਨਖਾਹ ਹੀ ਚੋਰੀ ਕਰਕੇ ਲੈ ਜਾਂਦੇ ਨੇ। ਤਾਂ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਦਿਨ ਪਹਿਲਾਂ ਹੀ ਹਲੇ ਤਨਖਾਹ ਮਿਲੀ ਸੀ, ਜੋ ਕਿ ਅਲਮਾਰੀ ਦੇ ਵਿੱਚ ਰੱਖੀ ਹੋਈ ਸੀ। ਤਾਂ ਰਾਤ ਨੂੰ ਇਹ ਚੋਰ ਛੱਤ ਦੇ ਰਾਹੀਂ ਦਾਖਲ ਹੋਏ ਤੇ ਅਲਮਾਰੀ ਦਾ ਲੋਕ ਕੱਢ ਕੇ ਸਾਰੇ ਪੈਸੇ ਨਾਲ ਲੈ ਜਾਂਦੇ ਨੇ। ਗੱਲੇ ਚ 15,000 ਲੱਗੇ ਕੱਢ ਕੇ, ਔਰ ਨਾਲ ਪਲੱਸ ਦੋ ਫੋਨ ਲੈ ਗਏ ਨਾ। ਦੋ ਫੋਨ, ਹਾਂਜੀ। ਉਹ ਕਿੰਨੇ ਕਿੰਨੇ ਦੇ ਸੀ? ਇੱਕ ਹੁਣ ਲਿੱਤਾ ਰੇ, ਕਿਸ਼ਤ ਭਰੀ ਆ। ਉਹ ਕਿੰਨੇ ਦੇ? 15,000-16,000 ਰੁਪਏ ਦਾ ਸੀਗਾ ਜੀ। ਅੱਛਾ, ਇੱਕ ਪੁਰਾਣਾ ਸੀਗਾ। ਇਧਰੋਂ ਆਏ ਨੇ ਬੰਦੇ ਜੀ, ਛੱਤ ਕੋਠੇ ਤੋਂ। ਹਾਂ, ਸਮਾਨ ਪਰਾਂ ਵੀ ਪਿਆ। ਅਸੀਂ ਕਮਰੇ 'ਚ ਸੌ ਰਹੇ ਸੀ, ਸਭ ਆਪਣੇ ਆਪਣੇ ਕਮਰੇ ਸੀ, ਕੂਲਰ ਚੱਲ ਰਹੇ ਸੀ। ਉਹ ਪੌੜੀਆਂ ਤੋਂ ਉੱਤਰ ਕੇ ਆਏ ਔਰ ਦੁਕਾਨ 'ਚੋਂ 15,000 ਵੀ ਲੈ ਗਏ ਔਰ ਨਵਾਂ ਫੋਨ ਚੱਕ ਕੇ ਲੈ ਗਏ ਸਾਡਾ। ਹਾਂਜੀ, ਵੈਸੇ ਇਹ ਮੇਰੀ ਸਿਸਟਰ ਦਾ ਘਰ ਹੈ ਜੀ, ਸਾਡਾ ਘਰ ਥੋੜ੍ਹੀ ਜਿਹੀ 2-3 ਘਰ ਛੱਡ ਗਏ। ਹਾਂਜੀ, ਅਤੇ ਰਾਤ ਨੂੰ ਉਹ ਨੀਚੇ ਸੁੱਤੇ ਪਏ ਸੀਗੇ, ਉੱਪਰੋਂ ਆਏ ਨੇ, ਉਹ ਅੱਗੇ ਟੱਪ ਗਏ ਨੇ ਚੋਰ, ਉੱਪਰ ਚੜ੍ਹ ਕੇ ਇੱਕ ਤਾਂ ਅਲਮਾਰੀ ਦਾ ਲੋਕ ਤੋੜ ਗਏ, ਵਿੱਚੋਂ ਇੱਕ ਫੋਨ ਚੱਕ ਗਏ ਨੇ ਅਤੇ 10,000 ਰੁਪਏ ਲੈ ਗਏ ਨੇ ਜੀ। ਪੈਸੇ ਪੱਕੇ ਲੈ ਗਏ? ਹਾਂ ਹਾਂ, ਕੱਲ ਹੀ ਤਨਖਾਹ ਮਿਲੀ ਸੀਗੀ। ਕੀ ਕੰਮ ਕਰਦੇ ਹੋ? ਉਹ ਫੈਕਟਰੀ 'ਚ ਲੱਗੇ ਨੇ। ਫੈਕਟਰੀ 'ਚ ਲੱਗੇ? ਕਿੰਨੀ ਤਨਖਾਹ ਮਿਲਦੀ ਉੱਥੇ? ਅੰਦਾਜ਼ਾ ਲੈ, ਕੋਈ 8-9,000 ਤਨਖਾਹ ਹੈ। ਉਹੀ ਲੈ ਗਏ ਚੋਰ? ਤਨਖਾਹ ਲੈ ਕੇ ਘਰ ਆਇਆ ਸੀ ਸ਼ਖਸ, ਰਾਤ ਨੂੰ ਚੋਰ ਸਾਰੇ ਪੈਸੇ ਲੈ ਹੋਇਆ ਫਰਾਰ। ਤਾਂ ਦੱਸ ਦਈਏ ਕਿ ਸ਼ਖਸ ਇੱਕ ਮਹੀਨਾ ਪੂਰੀ ਮਿਹਨਤ ਕਰਨ ਤੋਂ ਬਾਅਦ ਤਨਖਾਹ ਲੈ ਕੇ ਆਪਣੇ ਘਰ ਆਇਆ ਸੀ, ਤਾਂ ਰਾਤ ਨੂੰ ਇਸਦੇ ਘਰ ਚੋਰ ਵੜਦੇ ਨੇ ਤੇ ਅਲਵਾਰੀ ਦਾ ਲੋਕ ਤੋੜ ਕੇ ਸਾਰੀ ਤਨਖਾਹ ਚੁੱਕ ਕੇ ਫਰਾਰ ਹੋ ਜਾਂਦੇ ਨੇ ਤੇ ਨਾਲ ਇਹਨਾਂ ਦੇ ਵੱਲੋਂ ਇੱਕ ਫੋਨ ਵੀ ਚੋਰੀ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਇਸਦੇ ਨਾਲ ਇਹਨਾਂ ਦੇ ਵੱਲੋਂ ਇੱਕ ਹੋਰ ਦੁਕਾਨ ਦੇ ਵਿੱਚ ਵੀ ਚੋਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਖੌਫ ਦਾ ਮਾਹੌਲ ਹੈ। ਦੱਸ ਦਈਏ ਕਿ ਮਾਮਲਾ ਸਮਾਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਇੱਕ ਵਾਰ ਦੇ ਵਿੱਚ ਦੋ ਘਰਾਂ ਦੇ ਵਿੱਚ ਚੋਰੀ ਕੀਤੀ ਹੈ। ਤਾਂ ਜਿੱਥੇ ਇਹ ਛੱਤ ਦੇ ਰਾਹੀਂ ਘਰ ਦੇ ਵਿੱਚ ਦਾਖਲ ਹੁੰਦੇ ਨੇ। ਤਾਂ ਦੱਸ ਦਈਏ ਕਿ ਮਾਮਲਾ ਸਮਾਣਾ ਤੋਂ ਸਾਹਮਣੇ ਆਇਆ, ਜਿੱਥੇ ਚੋਰਾਂ ਨੇ ਇੱਕ ਵਾਰ ਦੇ ਵਿੱਚ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ, ਜਿੱਥੇ ਇਹ ਛੱਤ ਤੋਂ ਦਾਖਲ ਹੁੰਦੇ ਨੇ ਤੇ ਘਰ ਦੇ ਵਿੱਚ ਬਣੀ ਇੱਕ ਦੁਕਾਨ ਦਾ ਗੱਲਾ ਤੋੜ ਕੇ 15,000 ਰੁਪਏ ਦੀ ਨਕਦੀ ਕੱਢ ਲੈਂਦੇ ਨੇ। ਤਾਂ ਦੂਸਰੇ ਘਰ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਛੱਤ ਦੇ ਰਾਹੀਂ ਦਾਖਲ ਹੁੰਦੇ ਨੇ ਤੇ ਅਲਮਾਰੀ ਦੇ ਵਿੱਚ ਪਏ ਸਾਰੇ ਪੈਸੇ ਕੱਢ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਜਿਵੇਂ ਹੀ ਪਰਿਵਾਰ ਨੂੰ ਇਸ ਸੰਬੰਧੀ ਸੂਚਨਾ ਮਿਲੀ ਤਾਂ ਉਹ ਹੱਕੇ ਬੱਕੇ ਰਹਿ ਜਾਂਦੇ ਨੇ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਤਾਂ ਪੁਲਿਸ ਦੇ ਵੱਲੋਂ ਇਹਨਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇੱਕ ਪਰਿਵਾਰ ਦੀ ਤਾਂ ਇਹ ਪੂਰੇ 1 ਮਹੀਨੇ ਦੀ ਤਨਖਾਹ ਹੀ ਚੋਰੀ ਕਰਕੇ ਲੈ ਜਾਂਦੇ ਨੇ। ਤਾਂ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਦਿਨ ਪਹਿਲਾਂ ਹੀ ਹਲੇ
ਤਨਖਾਹ ਮਿਲੀ ਸੀ ਜੋ ਕਿ ਅਲਮਾਰੀ ਦੇ ਵਿੱਚ ਰੱਖੀ ਹੋਈ ਸੀ ਤਾਂ ਰਾਤ ਨੂੰ ਇਹ ਚੋਰ ਛੱਤ ਦੇ ਰਾਹੀਂ ਦਾਖਲ ਹੋਏ ਤੇ ਅਲਮਾਰੀ ਦਾ ਲੋਕ ਕੱਢ ਕੇ ਸਾਰੇ ਪੈਸੇ ਨਾਲ ਲੈ ਜਾਂਦੇ ਨੇ ਗੱਲੇ ਚ 15,000 ਲੱਗੇ ਕੱਢ ਕੇ ਔਰ ਨਾਲ ਪਲੱਸ ਦੋ ਫੋਨ ਲੈ ਗਏ ਨਾ ਦੋ ਫੋਨ ਹਾਂਜੀ ਉਹ ਕਿੰਨੇ ਕਿੰਨੇ ਦੇ ਸੀ ਇੱਕ ਹੁਣ ਲਿੱਤਾ ਲੈ ਕਿਸ਼ਤ ਭਰੀ ਆ ਉਹ ਕਿੰਨੇ ਦੇ 15-16,000 ਰੁਪਏ ਦਾ ਸੀਗਾ ਜੀ ਇੱਕ ਪੁਰਾਣਾ ਸੀਗਾ ਇਧਰੋਂ ਆਏ ਨੇ ਬੰਦੇ ਛੱਤ ਕੋਠੇ ਤੋਂ ਹਾਂ ਸਮਾਨ ਪਰਾਂ ਵੀ ਪਿਆ ਅਸੀਂ ਕਮਰੇ 'ਚ ਸੌ ਰਹੇ ਸੀ ਸਭ ਆਪਣੇ ਆਪਣੇ ਕਮਰੇ ਸੀ ਕੂਲਰ ਚੱਲ ਰਹੇ ਸੀ ਉਹ ਪੌੜੀਆਂ ਤੋਂ ਉੱਤਰ ਕੇ ਆਏ ਔਰ ਦੁਕਾਨ 'ਚੋਂ 15,000 ਵੀ ਲੈ ਗਏ ਔਰ ਨਵਾਂ ਫੋਨ ਚੱਕ ਕੇ ਲੈ ਗਏ ਸਾਡਾ ਹਾਂਜੀ ਵੈਸੇ ਇਹ ਮੇਰੀ ਸਿਸਟਰ ਦਾ ਘਰ ਹੈ ਜੀ ਸਾਡਾ ਘਰ ਥੋੜ੍ਹੀ ਜਿਹੀ 2-3 ਘਰ ਛੱਡ ਗਏ ਹਾਂਜੀ ਅਤੇ ਰਾਤ ਨੂੰ ਉਹ ਨੀਚੇ ਸੁੱਤੇ ਪਏ ਸੀਗੇ ਉੱਪਰੋਂ ਆਏ ਨੇ ਉਹ ਗੇਟ ਟੱਪ ਗਏ ਨੇ ਚੋਰ ਉੱਪਰ ਚੜ ਕੇ ਇੱਕ ਤਾਂ ਅਲਮਾਰੀ ਦਾ ਲੋਕ ਤੋੜ ਗਏ ਵਿੱਚੋਂ ਇੱਕ ਫੋਨ ਚੱਕ ਗਏ ਨੇ ਅਤੇ 10,000 ਰੁਪਇਆ ਲੈ ਗਏ ਨੇ ਜੀ ਪੈਸੇ ਪੱਕੇ ਲੈ ਗਏ ਹਾਂ ਹਾਂ ਕੱਲ੍ਹ ਹੀ ਤਨਖਾਹ ਮਿਲੀ ਸੀਗੀ ਕੀ ਕੰਮ ਕਰਦੇ ਆ ਉਹ ਫੈਕਟਰੀ 'ਚ ਲੱਗੇ ਨੇ ਫੈਕਟਰੀ 'ਚ ਲੱਗੇ ਕਿੰਨੀ ਤਨਖਾਹ ਮਿਲਦੀ ਉੱਥੇ ਅੰਦਾਜ਼ਾ ਲੈ ਕੋਈ 8-9 ਹਜ਼ਾਰ ਤਨਖਾਹ ਹੈ ਉਹੀ ਲੈ ਗਏ ਚੋਰ ਚੱਕ